ਭੁੰਡੀਆਂ ਜੀਆਂ ਸਾਰਿਆਂ ਨੇ ਦੇਖੀਆਂ ਹੋਣੀਆਂ ਜੀ ਇੱਥੇ ਗਲੀਆਂਾਂ ਚ ਲਈ ਫਿਰਦੇ ਹੁੰਦੇ ਆ ਤੇ ਬੜਾ ਰੌਲਾ ਰੱਪਾ ਜੀਆਂ ਪਾਉਂਦੀਆਂ ਹੁਣ ਨਿਊਯਾਰਕ ਤੋਂ ਖਬਰ ਇਹ ਆਈ ਆ ਵੀ ਭਾਈ ਇਹ ਜਿਹੜੇ ਮਾਈਗ੍ਰੈਂਟ ਸੀਗੇ ਚਲਾਈ ਰੱਖਦੇ ਸੀਗੇ ਤੇ ਕੋਈ ਨੰਬਰ ਪਲੇਟ ਨਹੀਂ ਸੀ ਕੋਈ ਕੁਛ ਨਹੀਂ ਸੀ ਆਸੇ ਪਾਸੇ ਦੇ ਲੋਕ ਬੜੇ ਪਰੇਸ਼ਾਨ ਸੀਗੇ ਤੇ ਉਹਨਾਂ ਨੇ ਕਿਹਾ ਵੀ ਭਾਈ ਇਹਨਾਂ ਨੂੰ ਬੰਦ ਕਰੋ ਤੇ ਮਾਈਗ੍ਰੇਟ ਇਹ ਭੁੰਡੀਆਂ ਕਿਤੇ ਉਧਰ ਲੈ ਜਾਂਦੇ ਕਿਤੇ ਇੱਧਰ ਲੈ ਜਾਂਦੇ ਤੇ ਇਹ ਸਾਰੀਆਂ ਚੱਕ ਲਈਆਂ ਜੀ ਹੁਣ ਤੇ ਕੀ ਬਣੂ ਅੱਗੇ ਹਾਂਜੀ ਬ੍ਰਾਡਰ ਸਾਹਿਬ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ 80 ਅਨ ਲਾਈਸੈਂਸਡ ਮਾਈਗ੍ਰੈਂਟ ਮੋਪਡਮ ਪਾਉਂਡ ਕਰ ਲਿਆ ਤੇ ਇਹ ਕੀਤੀਆਂ ਨੇ ਦੋ ਹੋਟਲਸ ਦੇ ਬਾਹਰੋਂ ਇਹ ਹੋਟਲਸ ਜਿਨ੍ਹਾਂ ਨੂੰ ਇਸ ਵੇਲੇ ਮਾਈਗ੍ਰੈਂਟਸ ਯੂਜ਼ ਕਰ ਰਹੇ ਸੀਗੇ ਨਿਊਯਾਰਕ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਇੱਕ ਕੰਪਲੇਂਟ ਆ ਰਹੀ ਸੀਗੀ ਐਨਵਾਈਪੀਡੀ ਨੂੰ ਕਿ ਜਿਹੜੇ ਮਾਈਗ੍ਰੈਂਟਸ ਆ ਉਹ ਮਿਸਯੂਜ਼ ਕਰਦੇ ਆ ਇਹ ਅਨ ਲਾਈਸੈਂਸਡ ਮੋਪਡਸ ਨੂੰ ਲੈ ਕੇ ਉਹ ਸਿਟੀ ਦੇ ਵਿੱਚ ਕਦੇ ਇਧਰ ਤੁਰੇ ਫਿਰਦੇ ਕਦੇ ਉਧਰ ਤੁਰੇ ਫਿਰਦੇ ਆ ਸੋ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਹੁਣ ਕ੍ਰੈਕਡਾਊਨ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਬਿਨਾ ਲਾਇਸੈਂਸ ਵਾਲੀਆਂ ਇਹ ਮੋਪੇਡਜ਼ ਕਿੱਥੇ ਕਿੱਥੇ ਡਰਾਈਵ ਕੀਤੀਆਂ ਜਾ ਰਹੀਆਂ ਤੇ ਇਹ ਜਿਹੜੇ ਮਾਈਗ੍ਰੈਂਟਸ ਆ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ ਇਸ ਲਈ ਉਹਨਾਂ ਨੇ ਇਹਨਾਂ ਜਿਹੜੀਆਂ ਸਕੂਟੀਆਂ ਆ ਜਾਂ ਮੋਪੇਡਜ਼ ਆ ਇਹਨਾਂ ਨੂੰ ਇੰਪਾਉਂਡ ਕਰਨਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਡਿਪਾਰਟਮੈਂਟ ਨੇ ਬਕਾਇਦਾ ਟਵਿੱਟਰ ਦੇ ਉੱਤੇ ਪੋਸਟ ਪਾ ਕੇ ਦੱਸਿਆ ਕਿ ਕਨਫਿਸਕੇਟ ਕੀਤੀਆਂ ਨੇ 80 ਵੀਕਲ ਇਹੋ ਜੇ ਕਰ ਚੁੱਕੇ ਆ ਤੇ ਜਿਹੜੇ ਪਾਰਕ ਤੋਂ ਕੀਤੀ ਉਹਨਾਂ ਨੇ ਨਾਮ ਵੀ ਉਹਨਾਂ ਦੇ ਜਨਤਕ ਕਰਤੇ ਆ ਮੈਨਹੈਟਨ ਦੇ ਵਿੱਚ ਇਹ ਹੋਟਲ ਸੀਦੋ ਤੇ ਇਹਨਾਂ ਹੋਟੈਲਜ਼ ਨੂੰ ਮਾਈਗ੍ਰੈਂਟ ਸ਼ੈਲਟਰਸ ਦੇ ਵਿੱਚ ਕਨਵਰਟ ਕੀਤਾ ਹੋਇਆ ਸੀਗਾ ਅ ਇਹ ਵੀ ਪੁਲਿਸ ਨੇ ਦੱਸਿਆ ਕਿ ਬਹੁਤ ਸਾਰੇ ਮਾਈਗ੍ਰੈਂਟਸ ਆ ਜਿਹੜੇ ਉਹ ਰੋਡ ਦੇ ਰੂਲ ਵਾਇਓਲੇਟ ਕਰਦੇ ਆ ਕੋਈ ਪੁੱਠੇ ਪਾਸੇ ਡਰਾਈਵ ਕਰ ਰਿਹਾ ਕੋਈ ਸਾਈਡ ਵਾਈਕ ਤੇ ਸਾਈਡ ਵਾਕ ਤੇ ਡਰਾਈਵ ਕਰ ਰਿਹਾ ਕੋਈ ਬਾਈਸਾਈਕਲ ਲੇਨਸ ਦੇ ਵਿੱਚ ਉਹਨੂੰ ਦੱਬੀ ਫਿਰਦਾ ਇੱਕ ਗੱਲ ਹੋਰ ਹੈ ਬਰਾੜ ਸਾਹਿਬ ਇਹ ਵੀ ਦੱਸਿਆ ਜਾ ਰਿਹਾ ਲੋਕਾਂ ਦੁਆਰਾ ਕਿ ਜਿਹੜੇ ਮਾਈਗ੍ਰੈਂਟਸ ਆ ਕਿਉਂਕਿ ਇਹਨਾਂ ਕੋਲੇ ਵਰਕ ਪਰਮਿਟ ਹੈ ਨਹੀਂ ਕੰਮ ਇਹ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਫੂਡ ਐਪ ਕੰਪਨੀਆਂ ਜਿਹੜੀਆਂ ਉਹਨਾਂ ਦੇ ਨਾਲ ਡਿਲੀਵਰੀ ਕਰਨ ਦੀ ਗੱਲਬਾਤ ਕਈ ਹੁੰਦੀ ਆ ਇਹਨਾਂ ਜਿਹੜੀਆਂ ਮੋਪੇਡਸ ਆ ਉਹਨਾਂ ਨੂੰ ਲੈ ਕੇ ਸਾਨੀ ਦੇ ਨਾਲ ਇਹਨਾਂ ਦਾ ਕੰਮ ਚੱਲ ਜਾਂਦਾ ਹੈ ਤੇ ਇਹ ਚੱਕਰ ਗੱਲਬਾਤ ਇਸ ਤਰ੍ਹਾਂ ਕਿ ਨਿਊਯਾਰਕ ਦੇ ਵਿੱਚ ਲਾ ਆ ਕਿ ਮੋਪਡ ਰਜਿਸਟਰ ਹੋਣੀ ਜ਼ਰੂਰੀ ਆ ਤੇ ਉਹਦੀ ਇਨਸ਼ੋਰੈਂਸ ਵੀ ਹੋਣੀ ਜ਼ਰੂਰੀ ਆ ਜਦੋਂ ਤੱਕ ਰਜਿਸਟਰ ਨਹੀਂ ਹੋ ਸਕਦੀ ਉਹ ਇਨਸ਼ੋਰ ਨਹੀਂ ਹੋ ਸਕਦੀ ਇਨਸ਼ੋਰ ਨਹੀਂ ਹੋਊਗੀ ਤਾਂ ਚੱਲ ਫੇਲਰ ਨਹੀਂ ਸਕਦੇ ਸੋ ਇੱਕ ਨਹੀਂ ਇਹ 4-5 ਲਾਅ ਇਸ ਵੇਲੇ ਵਾਇਲਟ ਕਰ ਰਹੇ ਸੀ ਇਸੇ ਦੇ ਚੱਕਰ ਵਿੱਚ ਇਹ ਜਿਹੜੇ ਏਟੀ ਵੀਕਲ ਆ ਇੰਪਾਉਂਡ ਕਰ ਲਏ ਗਏ ਹੈ ਗੱਲ ਹੋਰ ਵੀ ਹੈ ਨਾ ਜੇ ਤੁਸੀਂ ਕਿਹਾ ਵੀ ਖਾਣਾ ਆਸੇ ਪਾਸੇ ਫੜਾਉਂਦੇ ਸੀਗੇ ਤੇ ਭਾਈ ਇੱਕ ਗੱਲ ਹੈ ਵੀ ਜਿੰਨਾ ਦਾ ਵਹੀਕਲ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਕੋਈ ਕਾਸ਼ ਨਹੀਂ ਕੋਈ ਹਰਤਾ ਨਹੀਂ ਪਤਾ ਨਹੀਂ ਤੇ ਫਿਰ ਖਾਣੇ 'ਚ ਵੀ ਕੋਈ ਗੜਬੜੀ ਕਰ ਸਕਦੇ ਐ ਅਗਲਾ ਤਾਂ ਘਰੇ ਜਾ ਕੇ ਖਾ ਲੈਂਦਾ ਤੇ ਹੋਰ ਮੰਦੀਆਂ ਵਾਰਦਾ ਤਾਂ ਹੋ ਸਕਦੀਆਂ ਸੀ ਹਮਨਾਂ ਦਾ ਨੂੰ ਵੀ ਦੇਖਣਾ ਚਾਹੀਦਾ ਵੀ ਰਜਿਸਟਰ ਵਹੀਕਲ ਤੇ ਹੀ ਕਰਨ ਉਹ ਬਿਲਕੁਲ ਡਾਕਟਰ ਸਾਹਿਬ ਮੇਬੀ ਉਹ ਜਿਹੜੀਆਂ ਲੋਕਲ ਕੰਪਨੀਆਂ ਹੁੰਦੀਆਂ ਜਾਂ ਤੁਸੀਂ ਕਹੋ ਕਿ ਕੁਝ ਰੈਸਟੋਰੈਂਟਸ ਵਗੈਰਾ ਹੋ ਸਕਦੇ ਐ ਲੋਕਲ ਲੈਵਲ ਦੇ ਉਹਨਾਂ ਨਾਲ ਗੱਲਬਾਤ ਹੋਊਗੀ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਤਾਂ ਸ਼ਾਇਦ ਨਹੀਂ ਕਰਦੀਆਂ ਹੋਣਗੀਆਂ ਪਰ ਇਹ ਹਰ ਇੱਕ ਨੂੰ ਇਸ ਬਾਰੇ ਅਵੇਅਰ ਹੋਣਾ ਚਾਹੀਦਾ ਕਿ ਜੇ ਬੰਦੇ ਦੇ ਕੋਈ ਡਾਕੂਮੈਂਟ ਨਹੀਂ ਜੇ ਉਹਦੇ ਵਹੀਕਲ ਦੇ ਕੋਈ ਡਾਕੂਮੈਂਟ ਨਹੀਂ ਤੇ ਨੁਕਸਾਨ ਕਿਸੇ ਦਾ ਵੀ ਹੋ ਸਕਦਾ ਕਿੱਡਾ ਵੀ ਵੱਡਾ ਹੋ ਸਕਦਾ